ਮੈਂ ਜਗਰੂਪ ਬਰਾੜ MLA ਸ੍ਰੀ ਫਲੀਟਵੁੱਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਲਈ ਅੱਜ ਨਵੇਂ ਜਿਹੜੇ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ। ਡਰਾਈ BC ਮਹਿਕਮੇ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਰਾਈ BC ਵੱਲੋਂ ਜਾਰੀ ਕੀਤੀਆਂ ਰੋਡ ਕੰਡੀਸ਼ਨ ਬਾਰੇ ਜਿਹੜੀਆਂ ਲੇਟੈਸਟ ਜਿਹੜੀਆਂ ਉਹਨਾਂ ਦੀ ਹਦਾਇਤਾਂ ਨੇ ਉਹਨਾਂ ਨੂੰ ਮੰਨ ਕੇ ਚੱਲਣ। ਹਾਈਵੇ 1 ਕੱਲ੍ਹ ਫਰੇਜ਼ਰ ਏਰੀਏ ਦੇ ਵਿੱਚ ਖੋਲ੍ਹ ਦਿੱਤਾ ਗਿਆ ਔਰ ਉੱਥੇ ਜਿਹੜੀ ਟ੍ਰੈਫਿਕ ਹੈਗੀ ਹੈ ਉਹ ਨਿਰਵਿਘਨ ਉਹ ਚੱਲ ਰਹੀ ਹੈ। ਬੁਰੀ ਤਰ੍ਹਾਂ ਪ੍ਰਭਾਵਿਤ ਹੋਏ BC ਦੇ ਹਾਈਵੇਜ਼ ਨੂੰ ਮੁਕੰਮਲ ਤੌਰ ਦੇ ਉੱਤੇ ਰਿਪੇਅਰ ਕਰਨ ਦੇ ਲਈ ਜਿਹੜਾ BC ਸਰਕਾਰ ਦੇ ਵੱਲੋਂ ਜਿਹੜੀ ਪਲੈਨਿੰਗ ਹੈਗੀ ਆ ਉਹ ਬੜੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਔਰ ਬਹੁਤ ਜਲਦੀ ਜਿਹੜੀਆਂ ਕੰਸਟਰਕਸ਼ਨ ਕੰਪਨੀਜ਼ ਨੂੰ ਅਤੇ ਹੋਰ ਪ੍ਰੋਫੈਸ਼ਨ ਦੇ ਲਈ ਜਿਹੜੀਆਂ ਰਿਕੁਐਸਟ ਫਾਰ ਕੁਆਲੀਫਿਕੇਸ਼ਨ ਉਹ ਭੇਜੀ ਜਾ ਰਹੀ ਹੈ। ਹਾਈਵੇ 1 ਖੁੱਲ੍ਹਣ ਦੇ ਨਾਲ ਜਿਹੜੀ ਸਾਡੀ ਫੂਡ ਸਪਲਾਈ ਚੇਨ ਦੀ ਢੋਆ ਢੁਆਈ ਹੈਗੀ ਹੈ ਉਹ ਪਹਿਲਾਂ ਨਾਲੋਂ ਸੌਖੀ ਹੋ ਗਈ ਹੈ ਅਤੇ ਵੱਧ ਰਹੀ ਹੈ ਹਰ ਰੋਜ਼। BC ਵਿੱਚ ਪੈਦਾ ਹੋਣ ਵਾਲੇ ਮਿਲਕ ਦੀ ਸਪਲਾਈ ਹੁਣ ਨੋਰਮਲ ਦਾ 90% ਜਿਹੜੀ ਹੋ ਚੁੱਕੀ ਹੈ। ਕੱਲ੍ਹ BC ਦੇ ਲੋਕਾਂ ਵੱਲੋਂ ਲਗਭਗ ਜਿਹੜੇ 15 ਲੱਖ ਲੀਟਰ ਦੇ ਕਰੀਬ ਜਿਹੜਾ ਮਿਲਕ ਹੈ ਉਹ ਚੁੱਕਿਆ ਗਿਆ। BC ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਕਿ ਜਿਹੜੇ ਲੋਕਾਂ ਨੂੰ ਘਰ ਛੱਡ ਕੇ ਜਾਣ ਵਾਸਤੇ ਕਿਹਾ ਗਿਆ ਸੀ ਉਹਨਾਂ ਨੂੰ $2000 ਜਿਹੜੇ ਹੈਗੇ ਉਹ ਦਿੱਤੇ ਜਾਣਗੇ। ਉਹ $2000 ਲੈਣ ਲਈ BC ਦੇ ਲੋਕਾਂ ਨੂੰ ਰੈੱਡ ਕ੍ਰਾਸ ਨੂੰ ਫੋਨ ਕਰਨਾ ਪਊਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਇਹ ਫੋਨ ਜਿਹੜਾ ਹੈਗਾ 1-800-863-6582 ਇਸ 'ਤੇ ਕੀਤਾ ਜਾ ਸਕਦਾ, 1-88-00-86-3-6582। ਇਹਦੇ ਨਾਲ ਹੀ ਅੱਜ ਦੇ ਜਿਹੜੇ ਹੈਗੇ ਅਪਡੇਟ ਉਹ ਇੱਥੇ ਹੀ ਸਮਾਪਤ ਹੁੰਦੇ ਹੈ। ਅਗਲੇ ਅਪਡੇਟ ਲੈ ਕੇ ਅਸੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ।